ਸਤਿ ਸ਼੍ਰੀ ਅਕਾਲ ਦੋਸਤੋ, ਇੱਕ ਵਾਰੀ ਤੁਹਾਡਾ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ। ਟੂਡੇ ਪੰਜਾਬ ਨਿਊਜ਼ ਚੈਨਲ 'ਤੇ ਮੈਂ ਹਾਂ ਤਰਸੇਮ ਸਿੰਘ ਮਠਾੜੂ, ਲੈ ਕੇ ਹਾਜ਼ਰ ਹੋਏ ਹਾਂ ਜੀ ਅੱਜ ਦੇ ਦਿਨ ਦੀਆਂ ਸੁਬਾਹ ਦੀਆਂ ਤਾਜ਼ਾ ਤਰੀਨ ਵੱਡੀਆਂ ਖਬਰਾਂ। ਦੋਸਤੋ, ਇਹਨਾਂ ਖਬਰਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰੀ ਨਜ਼ਰ ਮਾਰਦੇ ਹਾਂ ਚੋਣਵੀਆਂ ਖਬਰਾਂ 'ਤੇ। ਪਹਿਲੀ ਚੋਣਵੀਂ ਖਬਰ ਹੈ ਕਿ ਪੰਜਾਬ 'ਚ ਮੀਟ ਦੇ ਮੰਡੀਕਰਨ ਪ੍ਰਫੁੱਲਿਤ ਕੀਤਾ ਜਾਵੇਗਾ ਕੁਲਦੀਪ ਧਾਲੀਵਾਲ। ਭਾਰਤ ਵਿੱਚ ਹੋਵੇਗੀ ਨੌਕਰੀਆਂ ਦੀ ਬਾਰਿਸ਼, MNCS 2 ਲੱਖ ਤੋਂ ਵੱਧ ਨੌਜਵਾਨ ਕਰੇਗਾ ਨਿਯੁਕਤ। ਸੀਐਮ ਮਾਨ ਨੂੰ ਲੈ ਕੇ ਬਦਲੇ ਨਵਜੋਤ ਸਿੱਧੂ ਦੇ ਸੁਰ, ਪਹਿਲਾਂ ਕੀਤੀ ਤਾਰੀਫ ਹੁਣ ਚੁੱਕੇ ਵੱਡੇ ਸਵਾਲ। ਹੁਣ ਬੱਸਾਂ 'ਤੇ ਟਰੈਕਿੰਗ ਸਿਸਟਮ ਜ਼ਰੀਏ ਰਹੇਗੀ ਤਿੱਖੀ ਨਜ਼ਰ, ਟਰਾਂਸਪੋਰਟ ਮਹਿਕਮੇ ਵੱਲੋਂ ਹਦਾਇਤਾਂ ਜਾਰੀ। ਪੰਜਾਬ ਸਰਕਾਰ ਵੱਲੋਂ ਜ਼ਮੀਨਾਂ ਦੇ ਨਾਲ ਪੰਚਾਇਤੀ ਜਗ੍ਹਾ 'ਤੇ ਬੜੇ ਘਰਾਂ ਅਤੇ ਉਸਾਰੀਆਂ ਨੂੰ ਵੀ ਤੋੜਨ ਦੇ ਹੁਕਮ ਜਾਰੀ। ਪੰਜਾਬ ਕੈਬਨਿਟ ਦੀ ਮੀਟਿੰਗ 'ਚ ਅਹਿਮ ਫੈਸਲੇ, ਕਿਸਾਨਾਂ ਨੂੰ 1500 ਰੁਪਏ ਦੇਣ 'ਤੇ ਮੋਹਰ। ਪਾਵਰਕੌਮ ਦਾ ਝੋਨੇ ਦੇ ਸੀਜ਼ਨ ਨੂੰ ਲੈ ਕੇ ਵੱਡਾ ਫੈਸਲਾ, ਨਿਯੁਕਤੀਆਂ 'ਤੇ ਬਦਲੀਆਂ 'ਤੇ ਲਗਾਈ ਪੂਰਨ ਪਾਬੰਦੀ। ਪੰਜਾਬ ਬੋਰਡ ਵੱਲੋਂ 8ਵੀਂ ਅਤੇ 10ਵੀਂ ਸ਼੍ਰੇਣੀ ਦੀ ਟਰਮ 1 ਪ੍ਰੀਖਿਆ ਦਾ ਨਤੀਜਾ ਸਕੂਲ ਦੀ ਲੌਗਇਨ ID 'ਤੇ ਕੀਤਾ ਜਾਰੀ। ਝੋਨੇ ਦੀ ਲਵਾਈ 2 ਜ਼ੋਨਾਂ ਵਿੱਚ ਵੰਡਿਆ ਪੰਜਾਬ, 14 ਅਤੇ 17 ਜੂਨ ਨੂੰ ਲੱਗੇਗਾ ਝੋਨਾ, 3 ਦਿਨ ਪਹਿਲਾਂ ਮਿਲੇਗੀ ਬਿਜਲੀ। ਕਾਂਗਰਸ ਦੀ ਮਜ਼ਬੂਤੀ ਲਈ ਰਾਜਾ ਵੜਿੰਗ ਦਾ ਵੱਡਾ ਐਕਸ਼ਨ, 3 ਮੀਤ ਪ੍ਰਧਾਨਾਂ ਨੂੰ ਸੌਂਪੇ ਜ਼ਿਲ੍ਹੇ, ਚੰਡੀਗੜ੍ਹ 'ਚ ਬੈਠਣ ਦੇ ਦਿਨ ਵੀ ਤੈਅ। ਮੋਦੀ ਸਰਕਾਰ ਵੱਲੋਂ 2 ਹੋਰ ਸਰਕਾਰੀ ਬੈਂਕਾਂ ਵੇਚਣ ਦੀ ਤਿਆਰੀ, ਇਹਨਾਂ ਬੈਂਕਾਂ 'ਚ ਕਿਤੇ ਤੁਹਾਡਾ ਵੀ ਤਾਂ ਨਹੀਂ ਖਾਤਾ। ਮੌਸਮ ਨੇ ਬਦਲਿਆ ਮਿਜਾਜ, ਇਹਨਾਂ ਰਾਜਾਂ 'ਚ ਪਵੇਗਾ ਭਾਰੀ ਮੀਂਹ, IMD ਵੱਲੋਂ ਅਲਰਟ ਜਾਰੀ। ਮੁੱਦੇ ਮੂੰਹ ਡਿੱਗਾ ਸੋਨੇ ਦਾ ਭਾਅ, 5500 ਰੁਪਏ ਤੋਂ ਜ਼ਿਆਦਾ ਡਿੱਗਿਆ ਭਾਅ, ਹੁਣ ਖਰੀਦੋ 29,597 ਰੁਪਏ ਤੋਲਾ 14 ਕੈਰਟ ਸੋਨਾ। ਤਾਂ ਦੋਸਤੋ, ਇਹ ਸੀਗੀਆਂ ਆਪਣੀਆਂ ਇਸ ਵੇਲੇ ਦੀਆਂ ਚੋਣਵੀਆਂ ਖਬਰਾਂ। ਹੁਣ ਗੱਲਬਾਤ ਕਰਦੇ ਜੀ ਇਹਨਾਂ ਖਬਰਾਂ ਦੀ ਵਿਸਤਾਰ ਨਾਲ। ਉਸ ਤੋਂ ਪਹਿਲਾਂ ਜਿਹੜੇ ਦੋਸਤ ਮਿੱਤਰ ਆਪਣੇ ਚੈਨਲ 'ਤੇ ਨਵੇਂ ਆਏ ਨੇ, ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਜ਼ਰੂਰ ਦੱਬ ਲੈ, ਤਾਂ ਜਿਹੜੀਆਂ ਅਸੀਂ ਨਵੀਆਂ ਖਬਰਾਂ ਪਾਇਆ ਕਰਾਂਗੇ ਉਸਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਜਾ ਕਰੂਗਾ। ਤਾਂ ਦੋਸਤੋ, ਸ਼ੁਰੂਆਤ ਕਰਦੇ ਹਾਂ ਜੀ ਪਹਿਲੀ ਵੱਡੀ ਖਬਰ ਦੀ ਕਿ ਪੰਜਾਬ 'ਚ ਮੀਟ ਦੇ ਮੰਡੀਕਰਨ ਪ੍ਰਫੁੱਲਿਤ ਕੀਤਾ ਜਾਵੇਗਾ ਕੁਲਦੀਪ ਧਾਲੀਵਾਲ। ਦੋਸਤੋ, ਪੰਜਾਬ 'ਚ ਮੀਟ ਦੇ ਮੰਡੀਕਰਨ ਪ੍ਰਫੁੱਲਿਤ ਕਰਨ ਲਈ ਠੋਸ ਉਪਰਾਲੇ ਕੀਤੇ ਜਾਣਗੇ, ਤਾਂ ਜੋ ਇਸ ਧੰਦੇ ਨਾਲ ਜੁੜੇ ਹੋਏ ਪੰਜਾਬ ਦੇ ਕਿਸਾਨਾਂ ਨੂੰ ਮੀਟ ਵੇਚਣ ਲਈ ਹੋਰਨਾਂ ਸੂਬਿਆਂ ਵਿੱਚ ਨਾ ਜਾਣਾ ਪਵੇ। ਸੂਬੇ ਦੇ ਪਸ਼ੂ ਪਾਲਣ, ਡੇਅਰੀ ਪਾਲਣ ਅਤੇ ਮੱਛੀ ਪਾਲਣ ਵਿਭਾਗ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪੋਲਟਰੀ, ਸੂਰ ਅਤੇ ਬੱਕਰੀ ਪਾਲਕਾਂ ਨੂੰ ਉਹਨਾਂ ਦੇ ਧੰਦਿਆਂ ਨੂੰ ਹੋਰ ਪ੍ਰਫੁੱਲਿਤ ਕਰਨ ਲਈ, ਉਹਨਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਹੱਲ ਕਰਨ ਲਈ ਪੰਜਾਬ ਭਵਨ ਵਿਖੇ ਰੱਖੀ ਮੀਟਿੰਗ ਦੌਰਾਨ ਇਹ ਭਰੋਸਾ ਦਿੱਤਾ ਗਿਆ। ਭਾਰਤ ਵਿੱਚ ਹੋਵੇਗੀ ਨੌਕਰੀਆਂ ਦੀ ਬਾਰਿਸ਼, MNCS 2 ਲੱਖ ਤੋਂ ਵੱਧ ਨੌਜਵਾਨ ਕਰੇਗਾ ਨਿਯੁਕਤ। ਦੋਸਤੋ, ਦੇਸ਼ ਭਰ ਵਿੱਚ ਟੀਕਿਆਂ ਦੇ ਰੋਲ ਆਊਟ ਅਤੇ COVID-19 ਦੇ ਮਾਮਲਿਆਂ ਵਿੱਚ ਕਮੀ ਦੇ ਨਾਲ ਜ਼ਿਆਦਾਤਰ ਕੰਪਨੀਆਂ ਹੁਣ ਆਪਣੇ ਲੋਕਾਂ ਨੂੰ ਦਫ਼ਤਰ ਤੋਂ ਕੰਮ ਕਰਨ ਦੀ ਯੋਜਨਾ ਬਣਾ ਰਹੀਆਂ ਨੇ ਅਤੇ ਕੰਪਨੀਆਂ ਆਪਣੇ ਕਰਮਚਾਰੀਆਂ ਨੂੰ ਦਫ਼ਤਰਾਂ ਵਿੱਚ ਵਾਪਸ ਲਿਆਉਣ ਲਈ ਡੂੰਘੀ ਦਿਲਚਸਪੀ ਦਿਖਾਉਂਦੀਆਂ ਨੇ। ਬਹੁਤ ਸਾਰੀਆਂ ਕੰਪਨੀਆਂ ਵਿੱਚ ਭਰਤੀ ਪ੍ਰਕਿਰਿਆ ਵਿੱਚ ਵੀ ਵਰਤਮਾਨ ਵਿੱਚ ਮਹਾਂਮਾਰੀ ਤੋਂ ਬਾਅਦ ਇਸ ਸਮੇਂ ਵਿੱਚ ਵਾਧਾ ਦੇਖਿਆ ਗਿਆ ਹੈ। ਸਪੈਕਟਰਮ ਵਿੱਚ ਉਦਯੋਗਾਂ ਦੇ ਮੁੜ ਖੋਲ੍ਹਣ ਦੇ ਵਿਚਕਾਰ ਬਹੁਰਾਸ਼ਟਰੀ ਕੰਪਨੀਆਂ ਦੀਆਂ ਭਾਰਤ ਆਧਾਰਿਤ ਬੰਦੀ ਇਕਾਈਆਂ ਵੀ ਆਪਣੀ ਹੈਡਕਾਊਟ ਵਧਾਉਣ ਲਈ ਤਿਆਰ ਹਨ। ET ਦੀ ਇੱਕ ਰਿਪੋਰਟ ਦੇ ਅਨੁਸਾਰ ਭਾਰਤ ਵਿੱਚ ਮੌਜੂਦਾ ਅਤੇ ਆਗਾਮੀ ਗਲੋਬਲ ਸਮਰੱਥਾ ਕੇਂਦਰ ਇਸ ਵਿੱਤੀ ਸਾਲ ਦੇ ਅੰਤ ਤੱਕ ਲਗਭਗ 1,80,000 ਤੋਂ 2 ਲੱਖ ਕਰਮਚਾਰੀਆਂ ਨੂੰ ਨਿਯੁਕਤ ਕਰਨ ਦੀ ਯੋਜਨਾ ਬਣਾ ਰਹੇ ਨੇ। ਹਾਇਰਿੰਗ ਗੇਮ ਦੇ ਸਿਖਰ 'ਤੇ ਕੰਪਨੀਆਂ ਵਿੱਚ MX, ਬੈਂਕ ਆਫ ਅਮਰੀਕਾ, ਵੈਲਸ ਫਾਰਗੋ, ਸਿਟੀ, ਬਾਰਕਲੇਜ਼, ਮੋਰਗਨ ਸੈਟਨਲੀ, HSBC ਅਤੇ ਸਟੈਂਡਰਡ ਚਾਰਟਰਡ, ਗੋਲਡਮੈਨ ਸਾਕਸ, ਐਮਾਜ਼ੋਨ, ਟਾਰਗੇਟ, ਵਾਲਮਾਰਟ, ਸੈੱਲ, GSK, ਐਬਟ, ਫਾਈਜ਼ਰ, GRG, ਨੋਵਾਰਟਿਸ ਸ਼ਾਮਲ ਹਨ ਅਤੇ ਐਸਟਰਾਜੈਨਿਕਾ ਹੋਰ ਵਿੱਚ ਐਕਸਪੋਨੋ ਦੇ ਅਨੁਸਾਰ ਇੱਕ ਮਾਹਿਰ ਸਟਾਫਿੰਗ ਫਾਰਮਾ ਦੇ ਵਿੱਚ ਜਿਹੜੀ ਨਿਯੁਕਤੀ ਕੀਤੀ ਜਾਵੇਗੀ। ਸੀਐਮ ਮਾਨ ਨੂੰ ਲੈ ਕੇ ਬਦਲੇ ਨਵਜੋਤ ਸਿੱਧੂ ਦੇ ਸੁਰ, ਪਹਿਲਾਂ ਕੀਤੀ ਤਾਰੀਫ ਹੁਣ ਚੁੱਕੇ ਵੱਡੇ ਸਵਾਲ। ਦੋਸਤੋ, ਬੀਤੇ ਦਿਨੀ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ ਗਈ, ਜਿਸ ਦੌਰਾਨ ਉਹਨਾਂ ਨੇ ਮੁੱਖ ਮੰਤਰੀ ਦੀ ਤਾਰੀਫ ਕੀਤੀ ਸੀ। ਮੁੱਖ ਮੰਤਰੀ ਭਗਵੰਤ ਮਾਨ ਦੀਆਂ ਸਿਫਤਾਂ ਕਰਨ ਵਾਲੇ ਨਵਜੋਤ ਸਿੱਧੂ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਇੱਕ ਤੋਂ ਬਾਅਦ ਇੱਕ ਟਵੀਟ ਕਰਕੇ ਨਿਸ਼ਾਨਾ ਸਾਧ ਰਹੇ ਨੇ। ਨਵਜੋਤ ਸਿੱਧੂ ਪੰਜਾਬ ਸਰਕਾਰ ਨੂੰ ਬਿਜਲੀ, ਕਿਸਾਨ ਮੁਆਵਜ਼ੇ, MSP ਆਦਿ ਦੇ ਮੁੱਦਿਆਂ ਨੂੰ ਲੈ ਕੇ ਘੇਰ ਰਹੇ ਨੇ। ਨਵਜੋਤ ਸਿੱਧੂ ਨੇ ਪਹਿਲਾਂ ਟਵੀਟ ਕਰਦੇ ਹੋਏ ਲਿਖਿਆ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਸਿਰਫ ਐਲਾਨ ਕੋਈ ਮਤਲਬ ਨਹੀਂ, ਤੁਸੀਂ ਜਿੰਨਾ ਚਪਾ ਨਹੀਂ ਸਕਦੇ
ਉਸ ਤੋਂ ਵੱਧ ਕੱਟਦੇ ਕਿਉਂ ਹੋ? ਕਣਕ ਉਤਪਾਦਕ ਕਿਸਾਨਾਂ ਨੂੰ ਬੋਨਸ ਦੇਣ ਦਾ ਮੁੱਖ ਮੰਤਰੀ ਦਾ ਵਾਅਦਾ ਕਿੱਥੇ ਗਿਆ? ਕਿ ਸਰਕਾਰ ਕੋਲ ਵਾਅਦਾ ਕੀਤਾ ਗਿਆ ਬੋਨਸ ਦੇਣ ਲਈ 5,000 ਕਰੋੜ ਰੁਪਏ ਹਨ? ਕਿ ਸਰਕਾਰ ਕੋਲ ਕਿਸਾਨਾਂ ਨੂੰ 8 ਘੰਟੇ ਬਿਜਲੀ ਦੇਣ ਦੀ ਸਮਰੱਥਾ ਹੈ? ਦਾਲਾਂ ਅਤੇ ਮੂੰਗੀ ਅਤੇ MSP ਦਾ ਨੋਟੀਫਿਕੇਸ਼ਨ ਹੁਣ ਤੱਕ ਕਿਉਂ ਨਹੀਂ ਕੀਤਾ ਗਿਆ? ਇੱਕ ਹੋਰ ਟਵੀਟ ਵਿੱਚ ਨਵਜੋਤ ਸਿੱਧੂ ਨੇ ਲਿਖਿਆ ਕਿ ਜਦੋਂ ਤੱਕ ਬਾਜ਼ਾਰ ਮਜ਼ਬੂਤ ਨਹੀਂ ਹੁੰਦਾ ਕਿਸਾਨਾਂ ਦਾ ਧਰਨਾ ਜਾਰੀ ਰਹੇਗਾ। ਪੰਜਾਬ ਓਵਰਡਰਾਫਟ 'ਤੇ ਚੱਲ ਰਿਹਾ ਅਤੇ ਬਿਨਾਂ ਕਿਸੇ ਨੀਤੀ ਦੇ ਬਜਟ ਅਲਾਟਮੈਂਟ ਨਾਲ ਕਿਸਾਨਾਂ ਦਾ ਉਥਾਨ ਨਹੀਂ ਕਰ ਸਕਦਾ। ਵਿੱਤੀ ਸੰਕਟ ਜਿੰਨਾ ਵੱਡਾ ਹੋਵੇਗਾ ਕਾਨੂੰਨ ਵਿਵਸਥਾ ਦੀ ਸਥਿਤੀ ਓਨੀ ਹੀ ਵਿਗੜ ਜਾਵੇਗੀ। ਅੱਜ ਪੰਜਾਬ ਕੇਂਦਰ ਸਰਕਾਰ ਦੇ ਰਹਿਮੋ ਕਰਮ 'ਤੇ ਹੈ। ਹੁਣ ਬੱਸਾਂ 'ਤੇ ਟਰੈਕਿੰਗ ਸਿਸਟਮ ਜ਼ਰੀਏ ਰਹੇਗੀ ਤਿੱਖੀ ਨਜ਼ਰ। ਟਰਾਂਸਪੋਰਟ ਮਹਿਕਮੇ ਵੱਲੋਂ ਹਦਾਇਤਾਂ ਜਾਰੀ। ਦੋਸਤੋ, ਯਾਤਰੀਆਂ ਨੂੰ ਸਹੂਲਤਾਂ ਦੇਣ ਅਤੇ ਬੱਸਾਂ ਦੀ ਬਿਹਤਰ ਆਵਾਜਾਈ ਨੂੰ ਲੈ ਕੇ ਸੀਨੀਅਰ ਅਧਿਕਾਰੀਆਂ ਵੱਲੋਂ ਕਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ। ਇਹਨਾਂ ਹਦਾਇਤਾਂ ਵਿੱਚ ਰੂਟਾਂ 'ਤੇ ਦੌੜ ਰਹੀਆਂ ਬੱਸਾਂ ਦੀ ਮੋਨੀਟਰਿੰਗ ਕਰਨ ਅਤੇ ਆਵਾਜਾਈ ਸਿਸਟਮ ਨੂੰ ਸੁਧਾਰਨ 'ਤੇ ਜ਼ੋਰ ਦਿੱਤਾ ਗਿਆ। ਇਸ ਲਈ GM ਰੈਂਕ ਦੇ ਅਧਿਕਾਰੀਆਂ ਨੂੰ ਟਰੈਕਿੰਗ ਸਿਸਟਮ 'ਤੇ ਰੂਟੀਨ ਵਿੱਚ ਨਜ਼ਰ ਰੱਖਣੀ ਹੋਵੇਗੀ ਅਤੇ ਇਸ ਸੰਬੰਧੀ ਰਿਪੋਰਟ ਬਣਾ ਕੇ ਹੈੱਡ ਆਫਿਸ ਭੇਜਣੀ ਹੋਵੇਗੀ। ਟਰਾਂਸਪੋਰਟ ਮਹਿਕਮੇ ਦੇ ਸਕੱਤਰ IAS ਕੀ ਸ਼ਿਵਾ ਪ੍ਰਸ਼ਾਦ ਅਤੇ ਰੋਡਵੇਜ਼ ਦੀ ਡਾਇਰੈਕਟਰ IAS ਅਮਨਦੀਪ ਕੌਰ ਦੀ ਅਗਵਾਈ ਵਿੱਚ ਹੈੱਡ ਆਫਿਸ ਵਿੱਚ ਹੋਈ ਮੀਟਿੰਗ ਵਿੱਚ ਯਾਤਰੀਆਂ ਦੀ ਸਹੂਲਤ 'ਤੇ ਧਿਆਨ ਕੇਂਦਰਿਤ ਕਰਨ ਨੂੰ ਕਿਹਾ ਗਿਆ। ਇਸ ਸੰਬੰਧੀ ਵਿੱਚ ਮੁੱਖ ਰੂਪ ਨਾਲ ਟਰੈਕਿੰਗ ਸਿਸਟਮ ਅਤੇ GMs ਨੂੰ ਤਿੱਖੀ 'ਤੇ ਨਜ਼ਰ ਰੱਖਣ ਨੂੰ ਕਿਹਾ ਗਿਆ, ਜਿਸ ਨਾਲ ਯਾਤਰੀਆਂ ਦੀਆਂ ਪਰੇਸ਼ਾਨੀਆਂ ਦੂਰ ਹੋਣਗੀਆਂ। ਪੰਜਾਬ ਸਰਕਾਰ ਵੱਲੋਂ ਜ਼ਮੀਨਾਂ ਦੇ ਨਾਲ ਪੰਚਾਇਤੀ ਜਗ੍ਹਾ 'ਤੇ ਬਣੇ ਘਰਾਂ ਅਤੇ ਉਸਾਰੀਆਂ ਨੂੰ ਵੀ ਤੋੜਨ ਦੇ ਹੁਕਮ ਜਾਰੀ। ਦੋਸਤੋ, ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਚਾਇਤੀ ਜ਼ਮੀਨਾਂ 'ਤੇ ਨਜਾਇਜ਼ ਕਬਜ਼ਾ ਘਰਾਂ ਤੋਂ ਮੁਕਤ ਕਰਵਾਉਣ ਦੀ ਮੁਹਿੰਮ ਦੇ ਨਾਲ ਨਾਲ ਹੁਣ ਪੰਚਾਇਤੀ ਜ਼ਮੀਨਾਂ 'ਤੇ ਬਣੇ ਘਰਾਂ 'ਤੇ ਉਸਾਰੀਆਂ ਨੂੰ ਵੀ ਤੋੜ ਕੇ ਆਪਣੇ ਕਬਜ਼ੇ 'ਚ ਲੈਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ, ਜਿਸ ਤਹਿਤ ਮਾਛੀਵਾੜਾ ਬਲਾਕ ਦੇ ਪਿੰਡ ਮਾਨੇਵਾਲ ਦੇ ਲੋਕਾਂ ਨੇ ਨੋਟਿਸ ਜਾਰੀ ਹੋਣ ਤੋਂ ਬਾਅਦ ਪਿੰਡ ਵਾਸੀਆਂ 'ਚ ਸਰਕਾਰ ਖਿਲਾਫ਼ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਪੱਤਰਕਾਰ ਨਾਲ ਗੱਲਬਾਤ ਕਰਦਿਆਂ ਪਿੰਡ ਮਾਨੇਵਾਲ ਵਿਖੇ ਇਕੱਤਰ ਹੋਈ ਵਾਸੀ ਰਾਮ ਸਿੰਘ, ਬਲਵਿੰਦਰ ਸਿੰਘ, ਦਰਸ਼ਨ ਸਿੰਘ, ਮਹਿੰਦਰ ਕੌਰ, ਬੁੱਧ ਕੌਰ ਨੇ ਦੱਸਿਆ ਕਿ ਉਹ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੇ ਹਨ। ਦੇਸ਼ ਦੀ ਵੰਡ ਤੋਂ ਬਾਅਦ ਪਾਕਿਸਤਾਨ ਤੋਂ ਆ ਕੇ ਕੁਝ ਲੋਕਾਂ ਨੇ ਇਸ ਪਿੰਡ ਵਿੱਚ ਪੰਚਾਇਤੀ ਜ਼ਮੀਨਾਂ 'ਤੇ ਆਪਣੇ ਘਰ ਬਣਾ ਲਏ ਸਨ। ਉਹਨਾਂ ਅੱਗੇ ਕਿਹਾ ਕਿ ਅਸੀਂ ਸਾਰੇ ਪਰਿਵਾਰ ਮਿਹਨਤ ਮਜ਼ਦੂਰੀ ਕਰਨ ਵਾਲੇ ਅਤੇ ਛੋਟੇ ਕਿਸਾਨ ਹਾਂ, ਜਿਨ੍ਹਾਂ ਨੇ ਪੰਜਾਬ ਨੂੰ ਵਿਕਾਸ ਦੇ ਰਾਹ 'ਤੇ ਲਿਜਾਣ ਅਤੇ ਭ੍ਰਿਸ਼ਟਾਚਾਰ ਮੁਕਤ ਬਣਾਉਣ ਲਈ ਬਦਲਾਅ ਦੀ ਆਸ ਰੱਖਦੇ ਸੂਬੇ 'ਚ ਆਪ ਦੀ ਸਰਕਾਰ ਬਣਾਈ ਹੈ। ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਸੂਬੇ ਦਾ ਮੁੱਖ ਮੰਤਰੀ ਦਾ ਝਾੜੂ ਜਿੱਤ ਕੇ ਗਰੀਬਾਂ 'ਤੇ ਹੀ ਫਿਰਨ ਲੱਗ ਜਾਵੇਗਾ, ਸਾਡੇ ਗਰੀਬਾਂ ਦੇ ਘਰ ਢਾਉਣ ਦੇ ਹੁਕਮ ਜਾਰੀ ਕਰੇਗਾ। ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਅਹਿਮ ਫੈਸਲੇ, ਕਿਸਾਨਾਂ ਨੂੰ 1500 ਰੁਪਏ ਦੇਣ 'ਤੇ ਮੋਹਰ। ਦੋਸਤੋ, ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਕੱਲ੍ਹ ਕਈ ਅਹਿਮ ਫੈਸਲੇ ਲਏ ਗਏ। ਪੰਜਾਬ ਕੈਬਨਿਟ ਨੇ ਕੱਲ੍ਹ ਸ਼ਹੀਦਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਰਾਸ਼ੀ 50 ਲੱਖ ਤੋਂ ਵਧਾ ਕੇ 1 ਕਰੋੜ ਦੇਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਨਾਲ ਹੀ ਕੈਬਨਿਟ ਨੇ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500 ਰੁਪਏ ਦੇਣ ਦੀ ਮਨਜ਼ੂਰੀ ਵੀ ਦੇ ਦਿੱਤੀ। ਇਸ ਤੋਂ ਇਲਾਵਾ ਪਟਵਾਰੀਆਂ ਦੀ ਘਾਟ ਨੂੰ ਦੂਰ ਕਰਨ ਲਈ ਸੇਵਾ ਮੁਕਤ ਪਟਵਾਰੀ ਰੱਖੇ ਗਏ ਨੇ। ਕੈਬਨਿਟ ਨੇ 1 ਸਾਲ 'ਚ 1700 ਦੇ ਕਰੀਬ ਪਟਵਾਰੀ ਰੱਖਣ ਨੂੰ ਪ੍ਰਵਾਨਗੀ ਦੇ ਦਿੱਤੀ। ਇਸ ਤੋਂ ਇਲਾਵਾ ਜਲਦ ਹੀ 1090 ਨਵੇਂ ਪਟਵਾਰੀ ਰੱਖੇ ਜਾਣਗੇ। ਪਾਵਰਕੌਮ ਦਾ ਝੋਨੇ ਦੇ ਸੀਜ਼ਨ ਨੂੰ ਲੈ ਕੇ ਵੱਡਾ ਫੈਸਲਾ, ਨਿਯੁਕਤੀਆਂ ਅਤੇ ਬਦਲੀਆਂ 'ਤੇ ਲਗਾਈ ਪੂਰਨ ਪਾਬੰਦੀ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵੱਲੋਂ ਝੋਨੇ ਦੀ ਬਿਜਾਈ ਦੇ ਸੀਜ਼ਨ ਦੌਰਾਨ ਬਦਲੀਆਂ ਅਤੇ ਨਿਯੁਕਤੀਆਂ 'ਤੇ ਤੁਰੰਤ ਪੂਰਨ ਪਾਬੰਦੀ ਲਗਾ ਦਿੱਤੀ ਗਈ ਹੈ। ਪੰਜਾਬ ਬੋਰਡ ਵੱਲੋਂ 8ਵੀਂ ਅਤੇ 10ਵੀਂ ਸ਼੍ਰੇਣੀ ਦੀ ਟਰਮ 1 ਪ੍ਰੀਖਿਆ ਦਾ ਨਤੀਜਾ ਸਕੂਲ ਦੀ ਲੌਗਇਨ ID 'ਤੇ ਕੀਤਾ ਜਾਰੀ। ਇਸ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 8ਵੀਂ ਅਤੇ 10ਵੀਂ ਸ਼੍ਰੇਣੀ ਦੀ ਦਸੰਬਰ ਕਾਰਵਾਈ Team 1 ਦੀ ਪ੍ਰੀਖਿਆ ਦਾ ਨਤੀਜਾ ਸਕੂਲ ਦੀ ਲੌਗਇਨ ID 'ਤੇ ਜਾਰੀ ਕਰ ਦਿੱਤਾ ਗਿਆ, ਜਿਸ ਨੂੰ ਸਕੂਲ ਮੁਖੀ ਬੋਰਡ ਦੀ ਵੈਬਸਾਈਟ 'ਤੇ ਸਕੂਲ ਦੀ ਲੌਗਇਨ ID 'ਤੇ ਪਾਸਵਰਡ ਭਰਨ ਉਪਰੰਤ ਆਪਣੇ ਸਕੂਲ ਵਿਦਿਆਰਥੀਆਂ ਦਾ Term 1 ਦਾ ਨਤੀਜਾ ਦੇਖ ਸਕਣਗੇ ਅਤੇ ਪ੍ਰਿੰਟ ਕਰ ਸਕਣਗੇ। ਝੋਨੇ ਦੀ ਲਵਾਈ 2 ਜ਼ੋਨਾਂ ਵਿੱਚ ਵੰਡੀ। ਪੰਜਾਬ 'ਚ 14 ਅਤੇ 17 ਜੂਨ ਨੂੰ ਲੱਗੇਗਾ ਝੋਨਾ, 3 ਦਿਨ ਪਹਿਲਾਂ ਮਿਲੇਗੀ ਬਿਜਲੀ। ਦੋਸਤੋ, ਅੱਜ ਦੀ ਸਭ ਤੋਂ ਵੱਡੀ ਖਬਰ ਹੈ ਜੀ, ਸੂਬੇ ਦੇ ਕਿਸਾਨਾਂ ਦੀ ਮੰਗ ਨੂੰ ਮੰਨਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਨੂੰ ਝੋਨੇ ਦੀ 14 ਜੂਨ ਅਤੇ 17 ਜੂਨ ਤੱਕ ਬਿਜਾਈ ਲਈ ਨਵੇਂ ਸ਼ਡਿਊਲ ਦਾ ਐਲਾਨ ਕਰ ਦਿੱਤਾ। ਇਸ ਤਰ੍ਹਾਂ ਹੁਣ ਕੁੱਲ ਜ਼ੋਨਾਂ ਦੀ ਗਿਣਤੀ 4 ਤੋਂ ਸਿਰਫ 2 ਤੱਕ ਸੀਮਿਤ ਕਰ ਦਿੱਤੀ ਗਈ ਹੈ। ਹਾਲਾਂਕਿ ਕੰਡਿਆਲੀ ਤਾਰ ਤੋਂ ਪਾਸ ਸਰਹੱਦੀ ਪੱਟੀ ਨੂੰ ਜ਼ੋਨਲ ਪਾਬੰਦੀਆਂ ਤੋਂ ਬਾਹਰ ਰੱਖਿਆ ਗਿਆ ਅਤੇ ਇਸ ਖੇਤਰ ਦੇ ਕਿਸਾਨਾਂ ਨੂੰ 10 ਜੂਨ ਤੋਂ ਝੋਨਾ ਬੀਜਣ ਦੀ ਇਜਾਜ਼ਤ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੂਰੇ ਸੂਬੇ ਨੂੰ 4 ਜ਼ੋਨਾਂ ਵਿੱਚ ਵੰਡ ਕੇ ਝੋਨੇ ਦੀ ਸਿੱਧੀ ਬਿਜਾਈ ਦਾ ਫੈਸਲਾ ਕੀਤਾ ਗਿਆ ਸੀ। ਤੇਜ਼ੀ ਨਾਲ ਘੱਟ ਰਹੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਟਰਾਂਸਪਲੇਟੇਸ਼ਨ ਦੀ ਮਿਤੀ 18 ਜੂਨ, ਜੂਨ 2 'ਚ 2, 22 ਜੂਨ, ਜੂਨ 3 'ਚ 24 ਜੂਨ ਅਤੇ ਜੂਨ 4 'ਚ 26 ਜੂਨ ਦੇ ਨਾਲ ਜੂਨ 1 ਦੀ 1 ਕੀਤੀ ਗਈ ਹੈ।
ਹੁਣ ਇਹਨਾਂ ਮੰਗਾਂ ਦੀ ਜਿਹੜੀ ਸਹਿਮਤੀ ਬਣੀ ਉਸ ਬਾਰੇ ਦੱਸ ਦਿੰਦੇ ਜੀ। ਝੋਨਾ ਲਾਉਣ ਲਈ ਪੰਜਾਬ ਨੂੰ ਦੋ ਜ਼ੋਨਾਂ ਵਿੱਚ ਵੰਡਿਆ ਗਿਆ। ਪੰਜਾਬ 'ਚ 14 ਅਤੇ 17 ਜੂਨ ਨੂੰ ਝੋਨਾ ਲੱਗੇਗਾ ਅਤੇ ਸਰਹੱਦੀ ਅਤੇ ਸੇਵ ਵਾਲੇ ਇਲਾਕਿਆਂ 'ਚ 10 ਜੂਨ ਨੂੰ ਝੋਨਾ ਦੀ ਸ਼ੁਰੂਆਤ ਕਰ ਦਿੱਤੀ ਜਾਵੇਗੀ। ਝੋਨੇ ਲਈ ਬਿਜਾਈ ਤੈ ਬੀ ਝੋਨੇ ਦੀ ਬਿਜਾਈ ਲਈ ਬਿਜਲੀ 3 ਦਿਨ ਪਹਿਲਾਂ ਤੋਂ ਮਿਲੇਗੀ। ਮੂੰਗੀ ਦੀ ਫਸਲ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ। ਮੂੰਗੀ ਦਾ ਜਿਹੜਾ ਰੇਟ ਹੋਵੇਗਾ ਜੀ 7275 ਰੁਪਏ ਪ੍ਰਤੀ ਕੁਆਂਟਲ ਤੈਅ ਕਰ ਦਿੱਤਾ ਗਿਆ। ਮੋਟਰ ਲੋਡ ਵਧਾਉਣ ਦੀ ਫੀਸ ਜਿਹੜੀ 4800 ਤੋਂ 2500 ਕਰ ਦਿੱਤੀ ਗਈ ਹੈ। ਕਰਜ਼ਾ ਕੁਰਕੀ 'ਤੇ ਕੋਈ ਵਰੰਟ ਨਹੀਂ ਹੋਣਗੇ। ਮੱਕੀ ਲਈ ਵੀ ਜਲਦ MSP ਤੈਅ ਕਰ ਦਿੱਤੀ ਜਾਵੇਗੀ ਅਤੇ ਬਾਸਪਤੀ ਦਾ ਇੱਕ ਦਾਣਾ ਚੱਕਿਆ ਜਾਵੇਗਾ। ਗੰਨੇ ਦੇ ਬਕਾਏ ਜਲਦੀ ਦਿੱਤੇ ਜਾਣਗੇ। ਕਣਕ ਦੇ ਬੋਨਸ ਬਾਰੇ ਕੇਂਦਰ ਸਰਕਾਰ ਨਾਲ ਮੀਟਿੰਗ ਦਾ ਭਰੋਸਾ ਵੀ ਦਵਾਇਆ ਗਿਆ ਜੀ। BBMP ਦਾ ਮੁੱਦਾ ਗ੍ਰਹਿ ਮੰਤਰੀ ਕੋਲ ਚੁੱਕਣਗੇ ਮੁੱਖ ਮੰਤਰੀ। ਕਾਂਗਰਸ ਦੀ ਮਜ਼ਬੂਤੀ ਲਈ ਰਾਜਾ ਵੜਿੰਗ ਦਾ ਵੱਡਾ ਐਕਸ਼ਨ, 5 ਮੀਤ ਪ੍ਰਧਾਨਾਂ ਨੂੰ ਸੌਂਪੇ ਜ਼ਿਲ੍ਹੇ ਚੰਡੀਗੜ੍ਹ 'ਚ ਬੈਠਣ ਦੇ ਦਿਨ ਵੀ ਤੈਅ। ਪੰਜਾਬ 'ਚ ਕਾਂਗਰਸ ਦੇ ਨਵੇਂ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪਾਰਟੀ ਨੂੰ ਮਜ਼ਬੂਤ ਕਰਨ ਵਿੱਚ ਲੱਗੇ ਹੋਏ ਨੇ। ਉਹਨਾਂ ਨੇ ਇਹ ਫੈਸਲਾ ਲਿਆ ਹੈ। ਇਸ ਤਹਿਤ 5 ਉਪ ਪ੍ਰਧਾਨਾਂ ਨੂੰ ਜ਼ਿਲ੍ਹੇ ਸੌਂਪੇ ਗਏ ਨੇ। ਇਸ ਤੋਂ ਇਲਾਵਾ ਹਫ਼ਤੇ ਵਿੱਚ ਪੰਚਾਂ ਲਈ 5 ਦਿਨ ਤੈਅ ਕੀਤੇ ਗਏ ਨੇ। ਜਿਸ ਵਿੱਚ ਉਹ ਚੰਡੀਗੜ੍ਹ ਸਥਿਤ ਕਾਂਗਰਸ ਭਵਨ ਵਿੱਚ ਬੈਠ ਕੇ ਵਰਕਰਾਂ ਨਾਲ ਮੁਲਾਕਾਤ ਕਰਨਗੇ। ਇਸ ਦੇ ਨਾਲ ਹੀ ਪੰਜਾਬ ਵਿੱਚ ਇੰਡਸਟਰੀ NRI ਸਮੇਤ ਹੋਰ ਸੰਸਥਾਵਾਂ ਨੂੰ ਮਿਲਣ ਲਈ ਕੈਸ਼ੀਅਰ ਦੀ ਡਿਊਟੀ ਵੀ ਲਗਾਈ ਗਈ ਹੈ। ਰਾਜਾ ਵੜਿੰਗ ਵੱਲੋਂ ਜਾਰੀ ਨਿਰਦੇਸ਼ ਮੁਤਾਬਕ ਅਰੁਣਾ ਚੌਧਰੀ ਨੂੰ ਹੁਸ਼ਿਆਰਪੁਰ, ਪਠਾਨਕੋਟ, ਨਵਾਂਸ਼ਹਿਰ, ਫਤਿਹਗੜ੍ਹ ਸਾਹਿਬ, ਕਪੂਰਥਲਾ, ਮੋਹਾਲੀ ਜ਼ਿਲ੍ਹੇ ਸੌਂਪੇ ਗਏ ਨੇ। ਇਸ ਤੋਂ ਇਲਾਵਾ ਪ੍ਰਗਟ ਸਿੰਘ ਨੂੰ ਅੰਮ੍ਰਿਤਸਰ, ਪਟਿਆਲਾ, ਮਲੇਰਕੋਟਲਾ ਜ਼ਿਲ੍ਹੇ ਸੌਂਪੇ ਗਏ ਨੇ। ਮੋਦੀ ਸਰਕਾਰ ਵੱਲੋਂ 2 ਸਰਕਾਰੀ ਬੈਂਕ ਵੇਚਣ ਦੀ ਤਿਆਰੀ। ਇਹਨਾਂ ਬੈਂਕਾਂ 'ਚ ਕਿਤੇ ਤੁਹਾਡਾ ਵੀ ਤਾਂ ਨਹੀਂ ਖਾਤਾ। ਉੱਥੇ ਸਰਕਾਰ ਦੇਸ਼ ਵਿੱਚ ਨਿੱਜੀਕਰਨ ਲੈ ਕੇ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ। ਹੁਣ ਸਰਕਾਰ ਜਲਦੀ ਹੀ 2 ਜਨਤਕ ਖੇਤਰ ਦੇ ਬੈਂਕਾਂ ਦਾ ਨਿੱਜੀਕਰਨ ਕਰਨ ਜਾ ਰਹੀ ਹੈ। ਕਈ ਕੰਪਨੀਆਂ ਵੱਲੋਂ ਬੋਲੀ ਵਜਾਉਣੀ ਸ਼ੁਰੂ ਹੋ ਗਈ ਹੈ ਜੀ। ਜੇ ਸੂਤਰਾਂ ਦੀ ਮੰਨੀਏ ਤਾਂ ਇਸ ਸਾਲ ਸਤੰਬਰ ਦੇ ਤੱਕ ਨਿੱਜੀਕਰਨ ਸ਼ੁਰੂ ਹੋ ਸਕਦਾ। ਦੂਜੇ ਪਾਸੇ ਸਰਕਾਰੀ ਮੁਲਾਜ਼ਮ ਵੀ ਇਸ ਦੇ ਵਿਰੋਧ ਵਿੱਚ ਲਗਾਤਾਰ ਹੜਤਾਲ 'ਤੇ ਨੇ। ਸਰਕਾਰ ਬੈਂਕਿੰਗ ਰੈਗੂਲੇਸ਼ਨ ਐਕਟ ਵਿੱਚ ਸੋਧ ਕਰਕੇ PSU ਬੈਂਕਾਂ PSB ਵਿੱਚ ਵਿਦੇਸ਼ੀ ਮਾਲਕੀ 'ਤੇ 20% ਦੀ ਸੀਮਾ ਨੂੰ ਹਟਾਉਣ ਲਈ ਤਿਆਰ ਹੈ। ਦੱਸਿਆ ਜਾ ਰਿਹਾ ਕਿ ਸਰਕਾਰ ਨੇ ਇਸ ਲਈ 2 ਸਰਕਾਰੀ ਬੈਂਕਾਂ ਨੂੰ ਸ਼ਾਰਟਲਿਸਟ ਕੀਤਾ ਹੈ। ਸਰਕਾਰ ਦੀ ਤਿਆਰੀ ਲਗਭਗ ਮੁਕੰਮਲ ਹੈ। ਮੀਡੀਆ ਰਿਪੋਰਟਾਂ ਮੁਤਾਬਕ 2 ਸਰਕਾਰੀ ਅਧਿਕਾਰੀਆਂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਇਹਨਾਂ ਵੱਡੇ ਬਦਲਾਅ ਦੀਆਂ ਤਿਆਰੀਆਂ ਲਗਭਗ ਪੂਰੀਆਂ ਹੋ ਚੁੱਕੀਆਂ ਨੇ, ਪਰ ਕੈਬਨਿਟ ਦੀ ਮਨਜ਼ੂਰੀ 'ਚ ਕੁਝ ਸਮਾਂ ਲੱਗ ਸਕਦਾ। ਮਾਨਸੂਨ ਸੈਸ਼ਨ ਤੱਕ ਇਸ ਵਿੱਚ ਸੋਧ ਕੀਤੇ ਜਾਣ ਦੀ ਸੰਭਾਵਨਾ। ਸੂਤਰਾਂ ਨੇ ਦੱਸਿਆ ਕਿ ਸਰਕਾਰ ਦਾ ਟੀਚਾ ਸਤੰਬਰ ਤੱਕ ਘੱਟੋ ਘੱਟ 1 ਬੈਂਕ ਦਾ ਨਿੱਜੀਕਰਨ ਯਕੀਨੀ ਬਣਾਉਣਾ ਹੈ। ਕਿਹੜੇ ਕਿਹੜੇ ਬੈਂਕ ਪ੍ਰਾਈਵੇਟ ਹੋਣਗੇ ਉਸ ਬਾਰੇ ਦੱਸ ਦਿੰਦੇ ਹਾਂ ਜੀ। ਗੌਰਤਲਬ ਹੈ ਕਿ ਸਰਕਾਰ ਨੇ ਜਨਤਕ ਖੇਤਰ ਦੇ ਬੈਂਕਾਂ ਦੇ ਨਿੱਜੀਕਰਨ ਬੈਂਕ ਪ੍ਰਾਈਵੇਟਾਈਜੇਸ਼ਨ 2022 ਨੂੰ ਲੈ ਕੇ ਆਪਣੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਨੇ। ਦੱਸਿਆ ਜਾ ਰਿਹਾ ਕਿ ਜਲਦ ਹੀ ਇਸ ਨੂੰ ਪੂਰਾ ਕਰ ਲਿਆ ਜਾਵੇਗਾ। ਵਿਧਾਨਕ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਵਿਨਿਵੇਸ਼ ਦੇ ਮੰਤਰੀ ਦਾ ਸਮੂਹ ਨਿੱਜੀਕਰਨ ਲਈ ਬੈਂਕਾਂ ਦੇ ਨਾਵਾਂ ਨੂੰ ਅੰਤਿਮ ਰੂਪ ਦੇਵੇਗਾ। ਧਿਆਨਯੋਗ ਹੈ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਚਾਲੂ ਵਿੱਤੀ ਸਾਲ 'ਚ ਬਜਟ ਪੇਸ਼ ਕਰਦਿਆਂ ਵਿੱਤੀ ਸਾਲ 22 ਵਿੱਚ IDBI ਬੈਂਕ ਦੇ ਨਾਲ ਨਾਲ 2 ਜਨਤਕ ਖੇਤਰ ਦੇ ਬੈਂਕਾਂ ਦੇ ਨਿੱਜੀਕਰਨ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਨੀਤੀ ਆਯੋਗ ਨੇ ਨਿੱਜੀਕਰਨ ਲਈ 2 PSU ਬੈਂਕਾਂ ਨੂੰ ਵੀ ਸ਼ਾਰਟਲਿਸਟ ਕੀਤਾ। ਲਗਾਤਾਰ ਹੋ ਰਹੇ ਵਿਰੋਧ ਦੇ ਬਾਵਜੂਦ ਸਰਕਾਰ ਨਿੱਜੀਕਰਨ ਸੰਬੰਧੀ ਆਪਣਾ ਸਟੈਂਡ ਪਹਿਲਾਂ ਹੀ ਸਪਸ਼ਟ ਕਰ ਚੁੱਕੀ ਹੈ। ਇਸ ਦੇ ਨਾਲ ਹੀ ਵਿੱਤ ਮੰਤਰੀ ਨੇ ਇਹ ਵੀ ਕਿਹਾ ਕਿ ਚਾਲੂ ਵਿੱਤੀ ਸਾਲ ਵਿੱਚ 1 ਬੀਮਾ ਕੰਪਨੀ ਵੇਚ ਦਿੱਤੀ ਜਾਵੇਗੀ। ਇਹ ਜਿਹੜੇ ਬੈਂਕ ਹੈਗੇ ਜੀ, ਇੱਕ ਤਾਂ ਹੈਗੇ ਆ ਸੈਂਟਰਲ ਬੈਂਕ ਆਫ ਇੰਡੀਆ ਅਤੇ ਇੰਡੀਅਨ ਓਵਰਸੀਜ਼ ਬੈਂਕ ਨੂੰ ਜਿਹੜਾ ਨਿੱਜੀਕਰਨ ਲਈ ਚੁਣਿਆ ਗਿਆ ਹੈ। ਮੌਸਮ ਨੇ ਬਦਲਿਆ ਮਿਜਾਜ, ਇਹਨਾਂ ਰਾਜਾਂ 'ਚ ਪਵੇਗਾ ਭਾਰੀ ਮੀਂਹ। IMD ਵੱਲੋਂ ਅਲਰਟ ਜਾਰੀ। ਉੱਤਰ ਭਾਰਤ ਦੇ ਕਈ ਹਿੱਸਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਨੇ ਕਿਹਾ ਕਿ ਅਗਲੇ ਕੁਝ ਦਿਨਾਂ ਵਿੱਚ ਖੇਤਰ ਦੇ ਕੁਝ ਹਿੱਸਿਆਂ ਵਿੱਚ ਤੂਫਾਨ ਅਤੇ ਮੀਂਹ ਪੈਣ ਭਿਆਨਕ ਗਰਮੀ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ ਅਤੇ ਦਿੱਲੀ NCR ਵਿੱਚ ਕੜਾਕੇ ਦੀ ਗਰਮੀ ਤੋਂ ਕੁਝ ਰਾਹਤ ਮਿਲਦੀ ਨਜ਼ਰ ਆ ਰਹੀ ਹੈ। ਦਿੱਲੀ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਮੌਸਮ ਦਾ ਮਿਜਾਜ ਬਦਲਿਆ ਹੈ। ਬੁੱਧਵਾਰ ਸਵੇਰ ਤੋਂ ਹੀ ਆਸਮਾਨ ਵਿੱਚ ਬੱਦਲ ਛਾਏ ਹੋਏ ਨੇ। ਇਸ ਹਫ਼ਤੇ ਉੱਤਰਾਖੰਡ, ਮੇਘਾਲਿਆ, ਕੇਰਲ, ਅਸਾਮ ਸਮੇਤ ਕਈ ਹੋਰ ਰਾਜਾਂ ਵਿੱਚ ਬਾਰਿਸ਼ ਹੋਵੇਗੀ। IMD ਦੇ ਅਨੁਸਾਰ ਦੱਖਣ ਪੱਛਮੀ ਮਾਨਸੂਨ ਅੰਡੇਮਾਨ ਸਾਗਰ ਦੇ ਨਾਲ ਨਾਲ ਲੱਗਦੇ ਦੱਖਣ ਪੂਰਬੀ ਬੰਗਾਲ ਦੀ ਖਾੜੀ ਦੇ ਉੱਪਰ ਪਹੁੰਚ ਚੁੱਕਿਆ ਹੈ। ਮੌਸਮ ਵਿਭਾਗ ਅਨੁਸਾਰ ਅੱਜ ਦਿੱਲੀ NCR ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ। ਦੱਸ ਦਈਏ ਕਿ ਦਿੱਲੀ ਲਈ ਵੀਕਐਂਡ ਇਸ ਸੀਜ਼ਨ ਵਿੱਚ ਸਭ ਤੋਂ ਗਰਮ ਰਿਹਾ। ਰਾਸ਼ਟਰੀ ਰਾਜਧਾਨੀ ਦੇ ਆਸਮਾਨ ਵਿੱਚ ਅਸ਼ੰਕ ਤੌਰ 'ਤੇ ਬੱਦਲ ਛਾਏ ਰਹਿਣ ਕਾਰਨ ਬੁੱਧਵਾਰ ਸਵੇਰ ਦੇ ਘੱਟੋ ਘੱਟ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਹਾਲਾਂਕਿ ਘੱਟੋ ਘੱਟ ਤਾਪਮਾਨ ਅਜੇ ਵੀ ਆਮ ਨਾਲੋਂ 3 ਤੋਂ 4 ਡਿਗਰੀ ਵੱਧ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਦਿਨ ਵੇਲੇ ਹਨੇਰੀ ਚੱਲਣ ਦੀ ਭਵਿੱਖਬਾਣੀ ਕੀਤੀ ਹੈ, ਜਿਸ ਕਾਰਨ ਤਾਪਮਾਨ ਵਿੱਚ ਆਈ ਗਿਰਾਵਟ ਨਾਲ ਲੋਕਾਂ ਨੂੰ ਪੈ ਰਹੀ ਗਰਮੀ ਤੋਂ ਕੁਝ ਰਾਹਤ ਮਿਲੀ ਹੈ।
ਮੁੱਦੇ ਮੁੱਦ ਡਿੱਗਿਆ ਸੋਨੇ ਦਾ ਪਾਸ਼ 500 ਰੁਪਏ ਤੋਂ ਜ਼ਿਆਦਾ ਡਿੱਗਿਆ ਪਿਆ ਹੁਣ ਖਰੀਦੋ 29,597 ਰੁਪਏ ਤੋਲਾ 14 ਕੈਰੇਟ ਸੋਨਾ। ਦੋਸਤੋ ਜੇਕਰ ਤੁਸੀਂ ਵੀ ਸੋਨਾ ਜਾਂ ਸੋਨੇ ਦੇ ਗਹਿਣੇ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਡੇ ਲਈ ਅਹਿਮ ਖਬਰ ਹੈ। ਪਿਛਲੇ ਕਈ ਦਿਨਾਂ ਤੋਂ ਸੋਨੇ ਚਾਂਦੀ ਦੀ ਕੀਮਤ 'ਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਬੇਸ਼ੱਕ ਇਸ ਕਾਰੋਬਾਰੀ ਹਫ਼ਤੇ ਦੇ ਦੂਜੇ ਦਿਨ ਪੀਲੀ ਧਾਤੂ ਦੀ ਕੀਮਤ 'ਚ ਤੇਜ਼ੀ ਆਈ, ਪਰ ਇਸ ਦੇ ਵਾਧੇ ਦੇ ਬਾਵਜੂਦ ਸੋਨਾ ਚਾਂਦੀ ਖਰੀਦਣਾ ਅਜੇ ਵੀ ਬਹੁਤ ਲਾਭਕਾਰੀ ਹੈ। ਮੌਜੂਦਾ ਸਮੇਂ 'ਚ ਸੋਨਾ 5,500 ਰੁਪਏ ਅਤੇ ਚਾਂਦੀ 18,000 ਰੁਪਏ ਤੋਂ ਜ਼ਿਆਦਾ ਸਸਤਾ ਮਿਲ ਰਿਹਾ ਹੈ। ਇਸ ਸਮੇਂ ਸੋਨਾ 50,500 ਰੁਪਏ ਅਤੇ ਚਾਂਦੀ 61,300 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਉਪਲਬਧ ਹੈ। ਇਸ ਕਾਰੋਬਾਰੀ ਹਫ਼ਤੇ ਦੇ ਦੂਜੇ ਦਿਨ ਮੰਗਲਵਾਰ ਨੂੰ ਸੋਨੇ ਦੀ ਕੀਮਤ 288 ਰੁਪਏ ਪ੍ਰਤੀ 10 ਗ੍ਰਾਮ ਵਧੀ, ਜਦੋਂ ਕਿ ਚਾਂਦੀ 1260 ਰੁਪਏ ਪ੍ਰਤੀ ਕਿਲੋਗ੍ਰਾਮ ਮਹਿੰਗਾ ਹੋ ਗਿਆ। ਮੰਗਲਵਾਰ ਨੂੰ ਸੋਨਾ 288 ਰੁਪਏ ਪ੍ਰਤੀ 10 ਗ੍ਰਾਮ ਮਹਿੰਗਾ ਹੋ ਕੇ 50,593 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ। ਇਸ ਤੋਂ ਪਹਿਲਾਂ ਸੋਮਵਾਰ ਨੂੰ ਆਖਰੀ ਕਾਰੋਬਾਰ ਦਿਨ ਸੋਨਾ 160 ਰੁਪਏ ਪ੍ਰਤੀ 10 ਗ੍ਰਾਮ ਸਸਤਾ ਹੋ ਕੇ 50,305 ਰੁਪਏ 'ਤੇ ਬੰਦ ਹੋਇਆ ਸੀ। ਮੰਗਲਵਾਰ ਨੂੰ ਚਾਂਦੀ 1260 ਰੁਪਏ ਮਹਿੰਗੀ ਹੋ ਕੇ 61,302 ਰੁਪਏ ਪ੍ਰਤੀ ਕਿਲੋ 'ਤੇ ਬੰਦ ਹੋਈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਚਾਂਦੀ 936 ਰੁਪਏ ਪ੍ਰਤੀ ਕਿਲੋਗ੍ਰਾਮ ਮਹਿੰਗੀ ਹੋ ਕੇ 60,042 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ ਸੀ। ਤਾਂ ਦੋਸਤੋ ਇਹ ਹੈਗੀਆਂ ਜੀ ਆਪਣੇ ਸੁਬਹਾ ਦੀਆਂ ਤਾਜ਼ਾ ਤਰੀਨ ਵੱਡੀਆਂ ਖਬਰਾਂ। ਦੋਸਤੋ ਜੇ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੈ ਤਾਂ ਆਪਣੀ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ। ਅਤੇ ਅਸੀਂ ਮਿਲਦੇ ਹਾਂ ਦੋਸਤੋ ਅਗਲੇ ਦਿਨ ਦੀਆਂ ਨਵੀਆਂ ਅਤੇ ਹੋਰ ਤਾਜ਼ਾ ਖਬਰਾਂ ਨਾਲ। ਹੁਣ ਲਈ ਇੰਨਾ ਹੀ। ਧੰਨਵਾਦ। ਸਤਿ ਸ਼੍ਰੀ ਅਕਾਲ।